ਜਿਹੜੇ ਕਿਸਾਨ ਵਿਰੋਧੀ ਲੋਕ ਨੇ ਇਹ ਜੇ ਐਲਪ ਮਾਰਦੇ ਨੇਗੇ, ਇਹ ਦੋਲਣ ਵੇਲੇ ਵੀ ਵਿਰੋਧ ਚ ਬੋਲਦੇ ਰਹੇ ਨੇ, ਇਹ ਦੋਲਣ ਚ ਗਿਆ ਕਿਸੇ ਵੀ ਸਟੇਜ ਤੇ ਬੋਲਦਾ ਸੀ, ਇਹ ਸਾਡੇ ਕਿਸਾਨ ਲੀਡਰਾਂ ਤੇ ਕਿਸਾਨਾਂ ਤੇ ਵਿਰੋਧ ਚ ਹੀ ਬੋਲਦਾ ਸੀਗਾ, ਉਲਟ ਹੀ ਬੋਲਦਾ ਸੀ। ਸਾਡੀ ਉਦੋਂ ਮਜਬੂਰੀ ਸੀ ਵੀ ਜੇ ਇਹਨਾਂ ਨਾਲ ਜੁੱਤ ਪਣਾਈ ਨੂੰ ਹੁਣੀ ਹੁੰਦੇ ਆ ਤਾਂ ਕੇਸ ਕਰ ਦਿਆਂਗੇ ਤਾਂ ਗਲਤ ਕੰਮ ਹੋਊਗਾ, ਤਾਂ ਅਸੀਂ ਉਦੋਂ ਚੁੱਪ ਰਹਿੰਦੇ ਸੀਗੇ। ਮੈਂ ਕਹਿੰਦਾ ਚੱਲ ਆਪਦੀ ਜਥੇਬੰਦੀ ਬਣਾ ਲਏ, ਪਤਾ ਲੱਗ ਜੂ, ਜਥੇਬੰਦੀ ਐਂ ਨਹੀਂ ਬਣ ਜਾਂਦੀ, ਮਤਲਬ ਜੋੜੇ ਘਸਾਉਣੇ ਪੈਂਦੇ ਨੇ, ਜ਼ਿੰਦਗੀ ਉਮਰਾਂ ਲਾਉਣੀਆਂ ਪੈਂਦੀਆਂ, ਕੋਈ ਪਹਿਲੇ ਨਹੀਂ ਕਿਸੇ ਨੂੰ ਪ੍ਰਧਾਨ ਬਣਾਉਣ ਦਾ, ਅਸੀਂ ਤਾਂ ਦਰਜਨਾਂ ਮੰਗਾਂ ਮਨਾਈਆਂ। ਇਹ ਮੈਨੂੰ ਦੱਸ ਦੇ ਦਿਖਾ ਦੇ ਵੀ ਇਹਨੇ ਇੱਕ ਵੀ ਕਿਸੇ ਕਿਸਾਨ ਦੀ ਜਾਂ ਮਜ਼ਦੂਰ ਦੀ ਕੋਈ ਮੰਗ ਮਨਾਈ ਹੋਵੇ ਆਪਦਾ ਸੰਘਰਸ਼ ਛੇੜ ਕੇ। ਫਿਲਮਾਂ ਦੇ ਵਿੱਚ ਇੱਕ ਤਾਂ ਜ਼ਰੂਰ ਹੈ, ਗਰੀਬ ਬੈਲੀ ਬਣ ਕੇ ਗਰੀਬ ਕਿਸਾਨਾਂ ਦੀ ਜ਼ਮੀਨਾਂ 'ਤੇ ਕਬਜ਼ਾ ਕਰਦਾ, ਮੈਂ ਦੇਖਿਆ ਮੁੱਛਾਂ ਖੜੀਆਂ ਕਰਕੇ, ਮਤਲਬ ਜਿਹੜਾ ਕੰਮ ਮੋਦੀ ਕਰ ਰਿਹਾ ਉਹੀ ਕੰਮ ਫਿਲਮਾਂ ਦੇ ਵਿੱਚ ਇਹ ਕਰਦਾ, ਇਹ ਦੁਬਾਰੇ ਉਹੀ ਕੰਮ ਕਰਨਾ ਚਾਹੁੰਦਾ ਹੋਊਗਾ। ਮੈਂ ਕਹਿੰਦਾ ਵਗ ਜੇ, ਅਸੀਂ ਉਹਨੂੰ ਇਜਾਜ਼ਤ ਦਿੰਦੇ ਹਾਂ ਜਾ ਕੇ ਕਰੇ ਮੋਦੀ ਨਾਲ ਗੱਲ, ਕਿਸਾਨਾਂ ਦੀਆਂ ਮੰਗਾਂ ਮਨਾਵੇ। ਇਹ ਨਹੀਂ ਹੋ ਸਕਦਾ ਵੀ ਹਰੀਆਂ ਪੱਗਾਂ ਨੂੰ ਪਾਸੇ ਕਰ ਦਿਓ ਅਤੇ ਮੈਂ ਪ੍ਰਧਾਨ ਬਣ ਜੂਗਾ।